بسم اللہ الرحمن الرحیم السلام علیکم جی پیਰ دوستو امید ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਜਨਾਬ ਤੁਹਾਨੂੰ ਮੈਂ ਦਿਖਾਵਾਂਗਾ ਆਪਣੇ ਕੱਟੇ ਤੇ ਕਟੀਆਂ ਦੇਖੋ ਭਾਈ ਜਾਨ ਅਸੀਂ ਇਹ ਕਟਿਆਂ ਦਾ ਫਲਾਗ ਪਾਇਆ ਸੀ ਤੇ ਨਾਲ ਅਸੀਂ ਚਾਰ ਕਟੀਆਂ ਵੀ ਪਾਈਆਂ ਸੀ ਸਿਰਫ ਇੱਕ ਇਹਨਾਂ ਨੂੰ ਦੇਖਣ ਵਾਸਤੇ ਕਿ ਕਟੀਆਂ ਦੀ ਦੂਸਰਾ ਆਮਦਨੀ ਜ਼ਿਆਦਾ ਹੈ ਜਾਂ ਕਟਿਆਂ ਦੀ ਦੇਖੋ ਦੋਸਤੋ ਪਾਕਿਸਤਾਨ ਦੇ ਸਭ ਤੋਂ ਪਹਿਲੇ ਤਾਂ ਇਸ ਟਾਈਮ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਵੀ ਜਾਨਵਰ ਹੈ ਨਾ ਉਸੇ ਸੇਲ ਪਰਚੇਸ ਤੇ ਪਾਬੰਦੀ ਲੱਗ ਗਈ ਹੈ ਤੁਹਾਨੂੰ ਪਤਾ ਹੀ ਹੋਵੇਗਾ ਕਿ ਮੰਡੀ ਦੇ ਵਿੱਚ ਇਹ ਜਾਨਵਰ ਜਿਹੜਾ ਨਾ ਬਹੁਤ ਮੁਸ਼ਕਲ ਨਾਲ ਆ ਰਹੇ ਨੇ ਮੰਡੀ ਦੇ ਵਿੱਚ ਸਭ ਤੋਂ ਪਹਿਲੇ ਜਿਹੜਾ ਜਾਨਵਰ ਜਿਹੜਾ ਆਂਦਾ ਨਾ ਕੱਟਾ ਆਂਦਾ ਬੱਚਾ ਆਂਦਾ ਜੋ ਵੀ ਜਾਨਵਰਾਂ ਦਾ ਉਸ ਦੀ ਬਕਾਇਦਾ ਉਸ ਤੇ ਮੋਰਾਂ ਲੱਗਦੀਆਂ ਪਰਚੀ ਬੰਦੀ ਹੈ ਫਿਰ ਜਾ ਕੇ ਸੇਲ ਹੁੰਦਾ ਔਰ ਡਾਕਟਰ ਚੈੱਕ ਕਰਦੇ ਨੇ ਉਸ ਬਾਅਦ ਸੇਲ ਹੁੰਦਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਜੀ ਮਾਸ਼ਾਅੱਲਾ ਆਪਣੇ ਕੱਟੇ ਬੜੇ ਜ਼ਬਰਦਸਤ ਯਾਰ ਖੜੇ ਨੇ ਲੇਕਿਨ ਕੱਟਿਆਂ ਤੋਂ ਹਟ ਕੇ ਭਾਈ ਜਿਹੜੀਆਂ ਕਟੀਆਂ ਨੇ ਨਾ ਉਹ ਇਹਨਾਂ ਤੋਂ ਵੀ ਮਾਸ਼ਾਅੱਲਾ ਬਿਹਤਰ ਜ਼ਬਰਦਸਤ ਬੈਸਟ ਖੜੀਆਂ ਨੇ ਮੈਂ ਤੁਹਾਨੂੰ ਦਿਖਾਣਾ ਆਪਣੀਆਂ ਕਟੀਆਂ ਔਰ ਕਟੀਆਂ ਦਾ ਰੇਟ ਵੀ ਦੱਸਾਂਗਾ ਤੁਹਾਨੂੰ ਜਿਨ੍ਹਾਂ ਦੀਆਂ ਕਟੀਆਂ ਲਈਆਂ ਸੀ ਅਸੀਂ ਔਰ ਜਿਨ੍ਹਾਂ ਦਾ ਕੱਟੇ ਲਿਆ ਸੀ ਸਭ ਤੋਂ ਪਹਿਲੀ ਗੱਲ ਇਹ ਦੇਖੋ ਕਿ ਭਾਈ ਜਾਨ ਜਿਸ ਤਰ੍ਹਾਂ ਤੁਸੀਂ ਕੱਟਾ ਲੈਣਾ ਦਾ ਕੱਟਾ ਤੁਹਾਡਾ ਵਜ਼ਨ ਹੀ ਬਣਾਏਗਾ ਔਰ ਗੋਸ਼ਟੀ ਬਣਾਏਗਾ ਉਸ ਦਾ ਗੋਸ਼ਟ ਹੀ ਵਿਕਣਾ ਠੀਕ ਹੈ ਜੀ ਜਿਹੜੀ ਕੱਟੀ ਤੁਸੀਂ ਲਵੋਗੇ ਕੱਟੀ ਬਈ ਤੁਹਾਡੀ ਅਗਰ ਤੁਸੀਂ ਲੈਂਦੇ ਜੇ 50 60 ਹਜ਼ਾਰ ਦੀ 3 ਮਹੀਨੇ 4 ਮਹੀਨੇ ਖਾ ਕੇ ਪ੍ਰੈਗਨੈਂਟ ਹੋ ਜਾਂਦੀ ਹੈ ਮਤਲਬ ਕਿ ਗੱਬਨ ਹੋ ਜਾਂਦੀ ਹੈ ਦੂਸਰੀ ਦੁਕਾਨ ਵਿੱਚ ਕਹਿੰਦੇ ਨਵੇਂ ਦੁੱਧ ਹੋ ਜਾਂਦੀ ਹੈ ਜਿਸ ਟਾਈਮ ਕੱਟੀ ਤੁਹਾਡੀ ਨਵੇਂ ਦੁੱਧ ਹੋ ਜਾਂਦੀ ਹੈ ਉਹ ਆਪਣੀ ਕੀਮਤ ਡਬਲ ਕਰ ਜਾਂਦੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕੱਟੇ ਵੀ ਤੁਸੀਂ 4 ਮਹੀਨੇ ਰੱਖਨੇ ਕਟੀਆਂ ਵੀ ਤੁਸੀਂ 4 ਮਹੀਨੇ ਰੱਖਣੀਆਂ ਕੱਟੀਆਂ ਜਿਸ ਟਾਈਮ ਪ੍ਰੈਗਨੈਂਟ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਦੀ ਕੀਮਤ ਤੁਹਾਨੂੰ ਪਤਾ ਵੀ ਹੈ ਕਿ ਡਬਲ ਹੋ ਜਾਂਦੀ ਹੈ ਠੀਕ ਹੈ ਜੀ ਹੁ ਮੈਂ ਤੁਹਾਨੂੰ ਦਿਖਾਣਾ ਆਪਣੀਆਂ ਕਟੀਆਂ ਚਾਰ ਕਟੀਆਂ ਖਰੀਦ ਕੀਤੀਆਂ ਸੀ ਅਸੀਂ ਭਾਈ ਜਾਨ ਸਾਡੀਆਂ ਇਹ ਚਾਰ ਕਟੀਆਂ ਖੜੀਆਂ ਇੱਕ ਇਹ ਖੜੀ ਹੈ ਜੀ ਇੱਕ ਇਹ ਅੱਗੇ ਖੜੀ ਹੈ ਨਾਲ ਦੋ ਪਾਰਾਂ ਖੜੀਆਂ ਤੁਸੀਂ ਮਾਸ਼ਾਅੱਲਾ ਦੇਖ ਰਿਹਾ ਜੀ ਕੱਟੀ ਪਹਿਲੇ ਤੁਸੀਂ ਤੁਹਾਨੂੰ ਕੱਟੇ ਦਿਖਾਏ ਨੇ ਹੁਣ ਤੁਹਾਨੂੰ ਮੈਂ ਕਟੀਆਂ ਦਿਖਾ ਰਿਹਾ ਵੇਚ ਵੜ ਕੇ ਤੁਹਾਨੂੰ ਕੱਟੀ ਦੀ ਦਿਖਾਣਾ ਕਿਹੜੇ ਕਿਹੜੀ ਨਸਲਾਂ ਦੀ ਕਟੀਆਂ ਨੇ जी भजन सब तो पहले देखो कि माशा कितनी बड़ी जबरदस्त कद काठ अली कट्टी है आ, बेल की लंबाई भी है मतलब इस यार कोई खामी नहीं है सिर्फ सिंगत थोड़ी खामी है बाकी माशाल्लाह बहुत जबरदस्त है अगर चड्डा देखना चाहो तो चड्डा चडा हाल ये बच्ची है हाँ, बिल्कुल ही इन्नी उम्र कम अज कम ऐसी सोलह तो सतार महीने उम्र है हाले। मतलब के बहुत कम उम्र है <laughs> दूसरी भाई एक शौकिया कट्टी ली सी ਕੱਟੀ ਦੇਖੋ ਮਾਸ਼ਾਅੱਲਾ ਤੁਸੀਂ ਦੇਖ ਕੇ ਖੁਦ ਹੀ ਮਾਸ਼ਾਅੱਲਾ ਪੜੋਗੇ ਕਿਸ ਤਰ੍ਹਾਂ ਦੀ ਕੱਟੀ ਹੈ ਇਹਨੂੰ ਭਾਈ ਇਸ ਦੀ ਉਮਰ ਦੁੰਦੀ ਹੋਣ ਹੋਈ ਆ तकरीबन ਇਹਨੂੰ 3 ਮਹੀਨੇ ਹੋ ਗਏ ਦੁੰਦੀ ਹੋਈ ਨੂੰ ਔਰ ਭਾਈ ਜਨ ਇਹ 4 ਮਹੀਨੇ ਦੀ ਗੱਬਨ ਹੈ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕਿ 58000 ਦੀ ਇਹ ਕੱਟੀ ਲਈ ਸੀ 58900 ਰੁਪਏ ਦੀ ਠੀਕ ਹੈ ਮਤਲਬ 58000 ਦੀ ਕੱਟੀ ਲਈ ਸੀ ਐਸ ਟਾਈਮ ਭਾਈ ਜਨ 4 ਮਹੀਨੇ ਦੀ ਇਹਨੂੰ 6 ਮਹੀਨੇ ਹੋ ਗਏ ਟੋਟਲ ਸਾਡੇ ਕੋਲ ਆਈ ਨੂੰ ਔਰ ਐਸ ਟਾਈਮ ਇਹ ਜਨਾਬ 4 ਮਹੀਨੇ ਦੀ ਗੱਬਨ ਹੈ 4 ਮਹੀਨੇ ਤੇ 11 ਦਿਨਾਂ ਦੀ ਠੀਕ ਹੈ ਜੀ ਇਹ ਗੱਬਨ ਹੈ ਮਤਲਬ ਕਿ ਪ੍ਰੈਗਨੈਂਟ ਆ ਦੂਸਰੀ ਜ਼ਬਾਨੇ ਕਹਿੰਦੇ ਨਵੇਂ ਦੁੱਧ ਠੀਕ ਹੈ ਜੀ ਔਰ ਇਸ ਟਾਈਮ ਇਸ ਦੀ ਕੀਮਤ ਦੇਖ ਲੋ ਯਾਰ ਇਸ ਨੂੰ ਤੁਸੀਂ ਥੋੜਾ ਜਿਹਾ ਅੰਦਾਜ਼ਾ ਗੈਸ ਕਰੋ ਕਿ ਕੱਟਾ ਅਗਰ ਤੁਸੀਂ 6 ਮਹੀਨੇ ਰੱਖਦੇ ਜੇ ਤੁਹਾਨੂੰ ਇਤਨੀ ਕੀਮਤ ਨਹੀਂ ਦੇਵੇਗਾ ਇਹ ਥੋੜਾ ਜਿਹਾ ਗੈਸ ਕਰੋ ਕਿਉਂਕਿ ਕੱਟਾ ਜਿਹੜਾ ਹੈਗਾ ਤੁਸੀਂ 6 ਮਹੀਨੇ ਰੱਖੋ ਜਿੰਨਾ ਹੀ ਮਾਲ ਖੋਗੇ ਨਾ ਉਹ ਤੁਹਾਨੂੰ ਕੱਟੀ ਦੀ ਕੀਮਤ ਕਦੀ ਵੀ ਨਹੀਂ ਦੇਵੇਗਾ ਕਦੀ ਵੀ ਨਹੀਂ ਦੇਵੇਗਾ ਕੱਟਾ ਜਿਹੜਾ ਤੁਹਾਡਾ 6 ਮਹੀਨੇ ਖਾ ਕੇ ਜ਼ਿਆਦਾ ਤੋਂ ਜ਼ਿਆਦਾ ਵਜ਼ਨ ਬਣਾ ਜਾਏਗਾ ਜਨਾਬ 5 ਮੰਨ 5.5 ਮੰਨ ਵਜ਼ਨ ਬਣਾ ਜਾਏਗਾ ਤੇ 5.5 ਮੰਨ ਦਾ ਰੇਟ 5 ਮੰਨ ਦਾ ਰੇਟ ਲਗਾ ਲਓ ਭਜਨ 5 ਮੰਨ ਦਾ ਰੇਟ ਜਿਹੜਾ ਹੈਗਾ ਜੇ ਉਹ ਜ਼ਿਆਦਾ ਤੋਂ ਜ਼ਿਆਦਾ ਹੀ 1,20,000 25,000 30,000 ਹੋ ਜਾਏਗਾ ਠੀਕ ਹੈ ਲੇਕਿਨ ਜਿਹੜੀ ਕੱਟੀ ਤੁਹਾਡੇ ਕੋਲ 6 ਮਹੀਨੇ ਰਹਿ ਕੇ ਇਸ ਤਰ੍ਹਾਂ ਨਾਲ ਤਿਆਰ ਹੋ ਜਾਏਗੀ ਜ਼ਬਰਦਸਤ ਤਿਆਰ ਹੋਏਗੀ ਉਸ ਕੱਟੀ ਦਾ ਭਜਨ ਥੋੜਾ ਨਹੀਂ ਤੇ ਇਸ ਟਾਈਮ ਪੌਣੇ 2 ਲੱਖ ,00 ਰੁਪਏ 2 ਲੱਖ ਰੁਪਏ ਰੇਟ ਹਰ ਹਾਲਚਾ 2 ਲੱਖ ਰੁਪਏ ਵੀ ਮੈਂ ਥੋੜਾ ਦੱਸ ਰਿਹਾ ਜਿਹੜੀ ਇਹ ਨਸਲੀ ਕਟੀਆਂ ਨੇ ਨਸਲੀ ਕੱਟੀ ਜਿਹੜੀ ਆ ਉਸ ਦਾ ਭਾਈ ਇਸ ਟਾਈਮ ਰੇਟ ਮਾਸ਼ਾਅੱਲਾ ਬਹੁਤ ਜ਼ਿਆਦਾ ਬਹੁਤ ਜ਼ਬਰਦਸਤ ਰੇਟ ਹੈ ਵੇ ਤੇ ਜਿਹੜੇ ਦੋਸਤ ਕਾਲਾਂ ਕਰਦੇ ਨੇ ਮੈਸੇਜ ਕਰਦੇ ਨੇ ਉਹਨਾਂ ਵਾਸਤੇ ਇਹ ਵੀਡੀਓ ਹੈ ਜਿਹੜਾ ਪੁੱਛਦੇ ਨੇ ਕਿ ਸਰ ਕੱਟੇ ਲਵੀਏ ਕਟੀਆਂ ਲਵੀਏ ਇਹਨੂੰ ਖਰਾਕ ਕੀ ਭਾਈ ਇਹ ਕਿਸ ਤਰ੍ਹਾਂ ਸਟਾਰਟਿੰਗ ਕਰੀਏ ਇਹ ਵੀਡੀਓ ਸਪੈਸ਼ਲੀ ਉਹਨਾਂ ਵਾਸਤੇ ਬਣਾਈ ਗਈ ਹੈ ਕਿ ਤੁਸੀਂ ਕੱਟੇ ਕਿਸ ਤਰ੍ਹਾਂ ਲਵੋ ਕਟੀਆਂ ਕਿਸ ਤਰ੍ਹਾਂ ਲਵੋ ਮਤਲਬ ਕਿ ਇਹ ਨਾ ਜੋ ਬਚਤ ਕਿੰਨੀ ਹੈ ਭਾਈ ਜਿਹੜੀ ਕਟੀਆਂ ਦੇ ਨਾਂ ਉਹਨਾਂ ਵਿੱਚੋਂ ਬਚਤ ਜਨਾਬ ਜਿਵੇਂ ਕਹ ਰਹੇ ਨੇ ਕਿ 60% ਹੈ ਤੇ ਕਟਿਆਂ ਦੇ ਵਿੱਚੋਂ ਬਚਤ ਹੈ ਜਨਾਬ 30% ਔਰ ਸਭ ਤੋਂ ਵੱਡੀ ਗੱਲ ਭਾਈ ਜਨ ਜਿਹੜੇ ਕੱਟੇ ਨੇ ਇਹਨਾਂ ਨੂੰ ਤੁਸੀਂ ਵੰਡਾ ਪਾਣਾ ਚੋਕਰ ਪਾਣਾ ਸੈਲਜ ਪਾਣਾ ਤੇ ਜਿਹੜਾ ਆ ਵਿਚਾਰਾ ਗੰਗਮਾਲ ਹੈ ਇਹਨਾਂ ਨੂੰ ਭਾਈ ਜਨ ਤੁਸੀਂ ਸਿਰਫ ਸਬਜ਼ ਚਾਰਾ ਹੀ ਪਾਣਾ ਤੇ ਤੁਸੀਂ ਆ ਦੇਖ ਰਹੋਗੇ ਸਾਡੀ ਆ ਜਿਹੜੀ ਬੰਦਰੀ ਆ ਇਸ ਦੇ ਵਿੱਚ ਆਲੇ ਆਪਾਂ ਨੂੰ ਥੋੜਾ ਜਿਹਾ ਮਾਲ ਪਿਆ ਸੁਬਹ ਦਾ ਬਚਿਆ ਹੋਇਆ ਇਹ ਭਾਈ ਜਨ ਟੁੱਕੀ ਹੋਈ ਆ ਉਹ ਆਪਣੀ ਜਵਾ ਮੱਕੀ ਤੇ ਨਾਲ ਇਸ ਦੇ ਵਿੱਚ ਕੋਈ ਮਾੜਾ ਮੋਟਾ ਰੂਟ ਗ੍ਰਾਸ ਵਗੈਰਾ ਟੁੱਕਿਆ ਹੋਇਆ ਹੋਰ ਇਹਨਾਂ ਨੂੰ ਅਸੀਂ ਕੁਝ ਵੀ ਨਹੀਂ ਪਾਉਂਦੇ ਹਾਂ ਕਦੇ ਕਦੇ ਪਾ ਦਿੰਦੇ ਹਾਂ ਇਹਨਾਂ ਨੂੰ ਜਨਾਬ ਸੈਲਜ ਜਦੋਂ ਦੇਖਿਆ ਭਈ ਉਹ ਮੱਕੀ ਤੋਂ ਤੰਗ ਆ ਗਈਆਂ ਨੇ ਉਹਨਾਂ ਨੂੰ ਸੈਲਜ ਪਾ ਦਿੱਤਾ ਜਾ ਉਹ ਦੂਸਰ ਸੈਲਜ ਪਾ ਦੇਦਾ ਭਾਈ ਹੋਰ ਇਹਨਾਂ ਨੂੰ ਅਸੀਂ ਕੁਝ ਵੀ ਨਹੀਂ ਪਾਉਂਦੇ ਜਨਾਬ ਆ ਜਿਹੜਾ ਕੱਟੇ ਖੜੇ ਨੇ ਮਾਸ਼ਾਅੱਲਾ ਸਾਡੇ ਇਹ ਜਿਵੇਂ ਕਹਿੰਦੇ ਕਿ ਸਿਰ ਤਾਰ ਹੋਏ ਖੜੇ ਨੇ ਖਾ ਖਾ ਕੇ ਸਿਰ ਤਾਰ ਇਸ ਤਰ੍ਹਾਂ ਕੇ ਇਹਨਾਂ ਦਾ ਖਰਚਾ ਵਜੋਂ ਬਹੁਤ ਜ਼ਿਆਦਾ ਵੱਧ ਗਿਆ ਹੈ ਠੀਕ ਹੈ ਜੀ ਅੱਛਾ ਯਾਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੁੰਦੀ ਜਾ ਰਹੀ ਹੈ ਗੱਲਾਂ ਤਾਂ ਮੁੱਕੀਆਂ ਕੋਈ ਨਹੀਂ ਤੁਹਾਨੂੰ ਮੈਂ ਇਦੀ ਗੱਲ ਕਰਾਂ ਤੇ ਅਗਰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੇ ਜੇ ਤਾਂ ਕਿ ਸਾਡੀ ਜਿਹੜੀ ਹਰ ਆਮਦ ਵਾਲੀ ਵੀਡੀਓ ਤੁਹਾਡੇ ਤੱਕ ਬਰ ਬਕਤ ਪਹੁੰਚਦੀ ਰਹੇ ਅਸੀਂ ਚੈਨਲ ਤੋਂ ਬਹੁਤ ਪਿੱਛੇ ਾਟ ਗਏ ਸੀ ਉਹਨਾਂ ਇਨਸ਼ਾਅੱਲਾ ਬਹੁਤ ਜ਼ਿਆਦਾ ਨੇੜੇ ਆਵਾਂਗੇ ਤੇ ਕਰਦੇ ਸਾਂ ਵੀਡੀਓ ਦੇਣ ਮਿਲ ਲੈ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਵਿੱਚ